ਸਵੇਰੇ 8 ਵਜੇ ਤੋਂ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋ ਗਈ ਹੈ। ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਪਹਿਲੇ ਰੁਝਾਨ ਨੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ। ਜਿਵੇਂ ਦੱਸ ਦਈਏ ਕਿ ਪੰਜਾਬ ਦੀਆਂ 5 ਸੀਟਾਂ 'ਤੇ ਕਾਂਗਰਸ ਲੀਡ ਦੇ ਵਿੱਚ ਬਣੀ ਹੋਈ ਹੈ, ਉੱਥੇ ਹੀ ਪੰਜਾਬ ਦੀਆਂ 3 ਸੀਟਾਂ 'ਤੇ BJP ਅੱਗੇ ਬਣੀ ਹੋਈ ਹੈ। ਪਰ ਜੇ ਗੱਲ ਕਰੀਏ ਪੰਥਕ ਸੀਟ ਖਡੂਰ ਸਾਹਿਬ ਦੀ ਤਾਂ ਇੱਥੇ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਉਹ ਅੱਗੇ ਚੱਲ ਰਹੇ ਨੇ। ਜੀ ਹਾਂ, ਦੱਸ ਦਈਏ ਕਿ ਖਡੂਰ ਸਾਹਿਬ ਤੋਂ ਜਿਹੜੇ ਅੰਮ੍ਰਿਤਪਾਲ ਲੀਡ ਦੇ ਵਿੱਚ ਬਣੇ ਹੋਏ ਨੇ, ਉੱਥੇ ਹੀ ਕੁਲਬੀਰ ਸਿੰਘ ਜੀਰਾ ਜੋ ਕਿ ਕਾਂਗਰਸ ਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਫਸਮੀ ਟੱਕਰ ਹੋ ਰਹੀ ਹੈ ਅਤੇ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਇਸ ਸੀਟ ਤੋਂ ਲੀਡ ਦੇ ਵਿੱਚ ਬਣੇ ਹੋਣੇ। ਅਤੇ ਬਾਕੀ ਸੀਟਾਂ ਦੀ ਜੇ ਗੱਲ ਕਰੀਏ ਲੁਧਿਆਣਾ ਤੋਂ ਹੈ ਜਿਹੜੇ BJP ਦੇ ਰਵਨੀਤ ਬਿੱਟੂ ਅੱਗੇ ਚੱਲ ਰਹੇ ਨੇ, ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਅੱਗੇ ਚੱਲ ਰਹੀ ਹੈ, ਫਰੀਦਕੋਟ ਦੇ ਹਲੇ ਅੰਕੜੇ ਸਾਹਮਣੇ ਨਹੀਂ ਆਏ ਨੇ। ਅਤੇ ਉੱਥੇ ਹੀ ਪੂਰੀਆਂ 5 ਸੀਟਾਂ 'ਤੇ ਜਿਹੜੀਆਂ ਪੰਜਾਬ ਦੀਆਂ 'ਤੇ ਕਾਂਗਰਸ ਅੱਗੇ ਚੱਲ ਰਹੀ ਹੈ। ਫਿਰੋਜ਼ਪੁਰ, ਬਠਿੰਡਾ ਇੱਥੇ ਵੀ ਹਲੇ ਅੰਕੜੇ ਕੁਝ ਸਾਫ਼ ਨਹੀਂ ਹੋਏ ਹੈ। ਕਰੀਬਨ 40 ਮਿੰਟ ਹੋ ਚੁੱਕੇ ਨੇ ਕਾਊਂਟਿੰਗ ਸ਼ੁਰੂ ਹੋਈ ਨੂੰ ਅਤੇ ਕੁਝ ਕੁ ਅੰਕੜੇ ਸਾਫ਼ ਹੋ ਗਏ ਨੇ, ਜਿਸ ਦੇ ਵਿੱਚ 5 ਸੀਟਾਂ 'ਤੇ ਲਗਾਤਾਰ ਕਾਂਗਰਸ ਲੀਡ ਦੇ ਵਿੱਚ ਚੱਲ ਰਹੀ ਹੈ। ਸੰਗਰੂਰ ਅਤੇ ਪਟਿਆਲਾ ਦੇ ਵਿੱਚ ਵੀ ਹਲੇ ਕੁਝ ਅੰਕੜੇ ਸਾਫ਼ ਨਹੀਂ ਹੋਏ ਹੈ। ਅੰਮ੍ਰਿਤਸਰ ਦੇ ਵਿੱਚ ਵੀ BJP ਹੈ ਜਿਹੜੀ ਅੱਗੇ ਚੱਲ ਰਹੀ ਹੈ। ਗੁਰਦਾਸਪੁਰ ਦੇ ਵਿੱਚ ਹਲੇ ਅੰਕੜੇ ਕੋਈ ਸਾਫ਼ ਨਹੀਂ ਹੋਏ, ਪਰ ਪੰਥਕ ਸੀਟ ਦੀ ਜੇ ਗੱਲ ਕਰੀਏ ਤਾਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਅੱਗੇ ਚੱਲ ਰਹੇ ਨੇ।